एनआईए दे वल्लों एक बार फिर तो अमृतपाल सिंह दे चाचे प्रगट सिंह तो पुछ पड़ताल कीती गई है। दस्या जा रहा है कि एनआईए दे वल्लों प्रगट सिंह तो 7 घंटे तो भी ज्यादा समय ते लई पुछ पड़ताल कीती गई ते चंडीगढ़ दफ्तर दे विच इह पुछ पड़ताल कीती गई है। ਇਥੇ ਅੰਮ੍ਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਦੋਂ ਤੋਂ ਅੰਮ੍ਰਿਤਪਾਲ ਐਮਪੀ ਬਣੇ ਨੇ ਉਦੋਂ ਤੋਂ ਹੀ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਸੀ ਪ੍ਰਗਟ ਸਿੰਘ ਦੇ ਘਰ 'ਚ, ਉਹਨਾਂ ਦਾ ਤੇ ਉਹਨਾਂ ਦੀ ਪਤਨੀ ਦਾ ਫੋਨ ਵੀ ਜ਼ਬਤ ਕੀਤਾ ਗਿਆ ਸੀ। ਫੋਰੈਂਸਿਕ ਦੇ ਵਿੱਚ ਭੇਜੇ ਗਏ ਸਨ ਦੋਨਾਂ ਦੇ ਮੋਬਾਈਲ ਫੋਨ। ਤਾਂ ਹੁਣ ਇੱਕ ਵਾਰ ਫਿਰ ਤੋਂ ਪ੍ਰਗਟ ਸਿੰਘ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਕਰੀਬ 7 ਘੰਟਿਆਂ ਤੱਕ ਸਵਾਲ ਪੁੱਛੇ ਗਏ ਨੇ, ਜਵਾਬ ਮੰਗੇ ਗਏ ਨੇ। ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਪ੍ਰਗਟ ਸਿੰਘ ਦੇ ਘਰ 'ਚ ਛਾਪੇਮਾਰੀ ਕੀਤੀ ਗਈ ਸੀ ਅਤੇ ਰਈਆ ਦੇ ਘਰ 'ਚ ਵੀ ਛਾਪੇਮਾਰੀ ਹੋਈ ਸੀ, ਜਿਸ ਤੋਂ ਬਾਅਦ ਥਾਣਾ ਬਿਆਸ ਦੇ ਵਿੱਚ ਵੀ 4 ਘੰਟਿਆਂ ਤੱਕ ਅੰਮ੍ਰਿਤਪਾਲ ਸਿੰਘ ਦੇ ਚਾਚੇ ਤੋਂ ਪੁੱਛ ਪੜਤਾਲ ਕੀਤੀ ਗਈ ਸੀ ਤੇ ਬਾਅਦ ਵਿੱਚ ਉਹਨਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਸੀ। ਉਹਨਾਂ ਨੇ ਇੱਕ ਹੋਰ ਮੁਕੱਦਮੇ ਸੰਬੰਧੀ 26 ਸਤੰਬਰ ਨੂੰ ਮੁੜ ਤੋਂ ਚੰਡੀਗੜ੍ਹ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਤਾਂ ਹੁਣ ਇੱਥੇ ਦੁਬਾਰਾ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਕਰੀਬ 7 ਘੰਟੇ ਉਹਨਾਂ ਤੋਂ ਸਵਾਲ ਜਵਾਬ ਕੀਤੇ ਗਏ ਨੇ, ਜਦਕਿ ਹੁਣ ਅੰਮ੍ਰਿਤਪਾਲ ਸਿੰਘ ਦੇ ਚਾਚੇ ਦੇ ਕਹਿਣਾ ਹੈ ਕਿ ਇਹ ਐਨਆਈਏ ਦੇ ਵੱਲੋਂ ਉਹਨਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਸਾਰੀ ਇਹ ਭਾਈ ਸਾਹਿਬ ਦੀ ਨਾ ਮਤਲਬ ਛਵੀ ਨੂੰ ਖਰਾਬ ਕਰਨ ਵਾਸਤੇ ਆ, ਕਿ ਸਾਨੂੰ ਪਰੇਸ਼ਾਨ ਕਰਕੇ ਜਾਂ ਰਿਸ਼ਤਿਆਂ ਨੂੰ ਪਰੇਸ਼ਾਨ ਕਰਕੇ ਵੀ ਉਹਨੂੰ ਕਿਹੜੇ ਤਰੀਕੇ ਨਾਲ ਅੰਦਰ ਰੱਖਿਆ ਜਾਵੇ, ਕਿਸੇ ਦਾ ਕੋਈ ਨਾ ਕੋਈ ਗੱਲ ਨਿਕਲੇ, ਕੋਈ ਕਿਸੇ ਦੇ ਘਰੋਂ ਪਤਾ ਨਹੀਂ ਇਹਨਾਂ ਦੇ ਕੋਲ ਕੀ ਹੋਣਾ। ਅਸੀਂ ਤਾਂ ਇਹੋ ਹੀ ਸੋਚਦੇ ਹਾਂ ਵੀ ਸਾਰਾ ਕੁਝ ਉਹਨੂੰ ਪਤਾ, ਇਹਨਾਂ ਦਾ ਸਕੋਰ ਕੁਛ ਨਹੀਂ ਹੈਗਾ, ਸੱਚੇ ਸੁੱਚੇ ਆ। ਸਿਰਫ ਉਹਨਾਂ ਨੇ ਉਹਨੂੰ ਖਰਾਬ ਕਰਨ ਵਾਸਤੇ ਜੋ ਵੀ ਕੀਤਾ ਵਾ, ਵੀ ਉਹਨੂੰ ਅੰਦਰ ਰੱਖਣ ਵਾਸਤੇ ਸੋਚਦੇ ਮੇਰਾ ਹਾਂ ਗਾਂ ਇੱਦਾਂ ਹੀ ਆ। ਜਿੱਦਾਂ ਪਿੱਛੇ ਭਗਵੰਤ ਮਾਨ ਨੇ ਜਿਹੜਾ ਬਿਆਨ ਦਿੱਤਾ ਵਾ, ਜਿਹੜਾ ਆਪਣਾ ਭਾਈ ਅੰਮ੍ਰਿਤਪਾਲ ਸਿੰਘ ਵਾ, ਇਹ ਬਾਹਰ ਆਉਂਦਾ ਤਾਂ ਮੈਨੂੰ ਖਤਰਾ ਵਾ। ਇੱਕ ਪੰਜਾਬ ਦਾ ਮੁੱਖ ਮੰਤਰੀ ਨੂੰ ਇੰਨਾ ਖਤਰਾ ਭਾਈ ਸਾਹਿਬ ਤੋਂ ਹੋ ਸਕਦਾ ਵਾ, ਅਤੇ ਉਹ ਬਾਕੀ ਲੋਕਾਂ ਦਾ ਕੀ ਬਚਾ ਕਰੂਗਾ। ਇਹ ਸਾਰੀ ਇਹਨਾਂ ਦੀ ਇੱਕ ਚਾਲ ਵਾ ਵੀ ਇਹ ਪੰਜਾਬ ਦੇ ਲੋਕ ਉਹਨੂੰ ਬਹੁਤ ਜ਼ਿਆਦਾ ਚਾਹੁੰਦੇ ਆ। ਇਹਨਾਂ ਦਾ ਇਰਾਦਾ ਕੀ ਆ ਵੀ ਇਹ ਕਿਸ ਤਰੀਕੇ ਨਾਲ ਅੰਦਰ ਰਹਿ ਜਾਵੇ, ਇਹਨੂੰ ਬਾਹਰ ਨਾ ਕੱਢਿਆ ਜਾਵੇ। ਸਾਰੀ ਇਹਨਾਂ ਦੀ ਇੱਕ ਚਾਲ ਆ, ਸਾਰੀ ਰਲ ਮਿਲ ਕੇ ਨਾ, ਜਿੰਨੇ ਸਾਡੇ ਵਿਰੋਧੀ ਜਿਹੜੇ ਸਾਡੇ ਸਿੱਖ ਪਾਰਟੀਆਂ ਮਲ ਕੇ ਜਾਏ ਵੀ ਸਾਰੇ ਇੱਕ ਚਾਲ ਹੀ ਸਾਰੀ।